ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਮੌਕੇ ਤੇ ਹੀ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ, ਚੀਕ ਚਿਹਾੜਾ ਮੱਚ ਜਾਂਦਾ। ਆਸੇ ਪਾਸੇ ਦੇ ਜੋ ਲੋਕ ਉੱਥੇ ਰਹਿੰਦੇ ਸੀ ਉਹਨਾਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਦੱਸ ਦਈਏ ਕਿ ਫੈਕਟਰੀ ਦੇ ਵਿੱਚ ਮੁਲਾਜ਼ਮ ਵੀ ਕੰਮ ਕਰ ਰਹੇ ਸੀ, ਜਿਸ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਕਿ ਜੈਕਟ ਬਣਾਉਣ ਦੀ ਇਹ ਫੈਕਟਰੀ ਸੀ, ਜਿਸ 'ਚ ਅੱਗ ਲੱਗ ਜਾਂਦੀ ਹੈ ਅਤੇ ਸ਼ਾਰਟ ਸਰਕਟ ਦੇ ਕਾਰਨ ਇਹ ਵੱਡਾ ਹਾਦਸਾ ਵਾਪਰ ਜਾਂਦਾ, ਜਿਸ ਤੋਂ ਬਾਅਦ ਹਜ਼ਾਰਾਂ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਜਾਂਦਾ। ਮੌਕੇ 'ਤੇ ਪੁਲਿਸ ਪਹੁੰਚੀ ਹੈ ਔਰ ਦਮਕਲ ਵਿਭਾਗ ਦੀ ਲਗਭਗ 7-8 ਗੱਡੀਆਂ ਦੇ ਵੱਲੋਂ ਅੱਗ ਨੂੰ ਕਾਬੂ ਪਾਇਆ ਜਾਂਦਾ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਜੈਕਟ ਬਣਾਉਣ ਦੀ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ। ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗਦੀ ਹੈ, ਜਿਸ ਦੇ ਕਾਰਨ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਜਾਂਦਾ ਅਤੇ ਮੌਕੇ 'ਤੇ ਹੀ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ, ਜਿਨ੍ਹਾਂ ਦੇ ਵੱਲੋਂ 7-8 ਗੱਡੀਆਂ ਅਤੇ ਕੜੀ ਮਿਹਨਤ ਤੋਂ ਬਾਅਦ ਜੋ ਅੱਗ 'ਤੇ ਕਾਬੂ ਪਾਇਆ ਜਾਂਦਾ। ਤਾਂ ਦੱਸ ਦਈਏ ਕਿ ਜੈਕਟ ਬਣਾਉਣ ਦੀ ਇਹ ਫੈਕਟਰੀ ਸੀ, ਜਿੱਥੇ ਕਿ ਅੰਦਰ ਵਰਕਰ ਕੰਮ ਕਰ ਰਹੇ ਸੀ ਅਤੇ ਇੰਨੇ ਚਿਰ ਨੂੰ ਹੀ ਸ਼ਾਰਟ ਸਰਕਟ ਦੇ ਨਾਲ ਅੱਗ ਲੱਗ ਜਾਂਦੀ ਹੈ। ਸਥਾਨਕ ਲੋਕਾਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੇ ਨੇ, ਪਰ ਅੱਗ ਇੰਨੀ ਭਿਆਨਕ ਸੀ ਕਿ ਜੋ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਫੈਲਦੀ ਹੀ ਚਲੀ ਗਈ। ਜੈਕਟ ਦੇ ਫਾਈਬਰ ਦੇ ਨਾਲ ਅੱਗ ਹੋਰ ਫੈਲ ਗਈ, ਜਿਸ ਤੋਂ ਬਾਅਦ ਭਾਂਬੜ ਮੱਚ ਗਿਆ ਅਤੇ ਕੜੀ ਮੁਸ਼ਕਲ ਤੋਂ ਬਾਅਦ ਦਮਕਲ ਵਿਭਾਗ ਦੇ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਜੈਕਟ ਬਣਾਉਣ ਦੀ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ। ਸਾਨੂੰ ਨਾ ਕਿਸੇ ਰਾਹਗੀਰ ਨੇ ਆਪਣੇ ਐਸਪੀ ਸਾਹਿਬ ਨੂੰ ਫੋਨ ਕੀਤਾ, ਸਾਨੂੰ ਫੋਨ ਕੀਤਾ ਕਿ ਢੇਰੀ ਰੋਡ 'ਤੇ ਬਾਇਲਾ ਰੋਡ ਨੂੰ ਬਾਇਲਾ ਤੋਂ ਢੇਰੀ ਰੋਡ 'ਤੇ ਅੱਗ ਲੱਗੀ, ਅਸੀਂ ਮੁੱਕ ਜਾਣ ਕੇ ਉੱਥੇ ਗੱਡੀਆਂ ਮੰਗਾਈਆਂ, ਗੱਡੀਆਂ ਨਾਲ ਕਾਬੂ। ਇਹ ਫਾਈਬਰ ਦੀ ਬਣਦੀ ਹੈ, ਜਾਂਦੀ ਫੋਮ ਲੱਗਦੀ ਜਿਹੜੀ ਜੈਕਟ 'ਤੇ ਉਹਦੀ ਸੀ। ਹਜੇ ਕੋਈ ਪੱਕਾ ਪਤਾ ਨਹੀਂ ਲੱਗਿਆ ਕਿੱਦਾਂ ਲੱਗੀ ਹੈ, ਕਿੱਦਾਂ ਵੀ ਜਿੱਦਾਂ ਵੀ ਪਤਾ ਕਰ ਲਾਂਗੇ। ਹਾਂਜੀ ਹਾਂਜੀ, ਇਹਨਾਂ ਨੇ ਦਿੱਤੀ ਸੀ ਸਾਨੂੰ। ਨਹੀਂ, ਜਾਨੀ ਮਾਨੀ ਕੋਈ ਨੁਕਸਾਨ ਤਾਂ ਨਹੀਂ ਹੋਇਆ, ਬਾਕੀ ਉਹਨਾਂ ਦਾ ਆਪਣਾ ਕੋਈ ਨੁਕਸਾਨ ਜਿਹੜਾ ਕੱਪੜੇ ਦਾ ਉਹ ਕਰ ਲਈ। ਉਹ ਮੌਕੇ 'ਤੇ ਦੋ ਤਿੰਨ ਬੰਦੇ ਸੀ, ਲੇਡੀ ਸੀ, ਉਹ ਚਲੇ ਗਏ ਸੀ ਬਾਹਰ ਨਿਕਲ ਕੇ। ਹਾਂਜੀ, ਸਭ ਸੇਫ ਨੇ। ਅਬ ਹਮੇ ਇਹ ਪਤਾ ਨਹੀਂ ਕਿਸ ਚੀਜ਼ 'ਤੇ ਲਗਾ ਹੈ, ਅਬ ਸ਼ੋਰਟ ਸਰਕਟ ਕਿਸ ਲਗਾ ਹੈ ਕਿ ਕਿਆ ਚੀਜ਼ ਪਤਾ ਨਹੀਂ ਹੈ। ਕਿਤਨੇ ਲੇਬਰ ਫੈਕਟਰੀ ਮੇਂ ਲਗੇ ਥੇ? 5-6 ਹੈ, ਬਸ ਜ਼ਿਆਦਾ ਨਹੀਂ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਜ਼ਿਆਦਾ ਵੀ ਨੁਕਸਾਨ ਨਹੀਂ ਹੋਇਆ, ਮਲਬਾ ਜਲਾ ਹੈ, ਸਮਾਨ ਸਭ ਜਲੇ ਹੈ, ਬਸ ਇਹੀ ਸਭ। ਫੈਕਟਰੀ ਕੇ ਜੋ ਫਾਈਬਰ ਹੋਤੀ ਹੈ ਨਾ, ਉਹ ਬਣਤੀ ਹੈ ਔਰ ਅੱਗੇ ਸਪਲਾਈ ਹੋਤੀ ਹੈ, ਜੋ ਵਰਕ ਕੇ ਕੰਮ ਹੋਤੀ ਹੈ ਇਹ, ਤੋ ਇਹ ਉਸਮੇ ਬਣਤੀ ਹੈ ਔਰ ਇਸਕੀ ਮਸ਼ੀਨੀ ਲਗੀ ਹੋਈ ਬੜੇ ਬੜੇ, ਤੋ ਫਾਈਬਰ ਜੋ ਹੈ ਸ਼ੋਰਟ ਸਰਕਟ ਕੇ ਕਾਰਨ ਸੇ ਲਗੀ ਹੈ ਯਾਰ। ਕਿਤਨੀ ਗਾੜੀਆਂ ਪਹੁੰਚ ਚੁੱਕੀ ਹੈ ਅਬ ਤੱਕ? ਅਬ ਤੱਕ ਇਹ ਮੇਰੇ ਖਿਆਲ ਸੇ 6ਠਾ ਜਾਂ 7ਵਾਂ ਗਾੜੀ, 7ਵਾਂ ਗਾੜੀ ਹੈ ਮੇਰੇ ਖਿਆਲ ਇਹ। ਹਾਂਜੀ ਹਾਂਜੀ, ਤਕਰੀਬਨ 90% ਆ ਗਿਆ ਹੈ, 10% ਅਭੀ ਹੈ। ਇਹ ਸ਼ੋਰਟ ਸਰਕਟ ਕੇ ਕਾਰਨ ਲਗਾ ਹੈ, ਯਹਾਂ ਜੋ ਲੇਬਰ ਥੀ ਕੰਮ ਕਰ ਰਹੀ ਥੀ ਵੋ ਬਤਾ ਰਹੀ ਥੀ ਸ਼ੋਰਟ ਸਰਕਟ ਸੇ ਲਗਾ ਹੈ। ਕੋਈ ਮੋਟਰ ਮੇਂ ਸ਼ੋਰਟ ਹੁਆ ਹੈ, ਕੋਈ ਇਸ ਕਾਰਨ ਸੇ ਲਗਾ। ਲੇਬਰ ਨੇ ਬਤਾਇਆ ਜੀ, ਲੇਬਰ। ਹਾਂਜੀ ਹਾਂਜੀ, ਜੋ ਕੰਮ ਕਰਤੇ ਵੋ ਲੇਬਰ ਨੇ ਬਤਾਇਆ। 5-6 ਲੇਬਰ ਹੋਤੀ ਹੈ। ਹਮਦੇ ਦੂਸਰੀ ਫੈਕਟਰੀ ਥੀ ਉਧਰ ਸੁੰਦਰ। ਹਾਂਜੀ ਹਾਂਜੀ, ਔਰ ਜਗ੍ਹਾ ਹਮਾਰੀ ਨਹੀਂ, ਹਮਾਰੀ ਨਹੀਂ, ਹਮਾਰੀ ਕੋਈ ਜਾਣਨੇ ਵਾਲੇ ਦੋਸਤ ਕੀ ਹੈ? ਨਹੀਂ, ਹਮਾਰੀ ਨਹੀਂ ਦੋਸਤ। ਮੋਟਰ ਮੋਟਰ